मोहम्मद वाले मोहम्मद इजाद। नारे तकबीर, नारे तकबीर, नारे रिसालत, नारे रिसालत, नारे हैदरी, वल नारे हैदरी, हुसैनियत, हुसैनियत, यजीदियत, यजीदियत, अहले बैत हर दुश्मन ते लानत, अहले बैत हर दुश्मन ते लानत, सैन जहरा दे कातलां ते लानत। सलवात पढ़ो मोहम्मद वाले मोहम्मद दी ज़ात। कोई लंबी चौड़ी हाजिरी नहीं, मेरा अपना घर रे, बानी दी हैसियत नाल हाजिर हाँ। सिर्फ हाजिरी लवावण मकसद ही हाजिर हो गए, वादा वफा हो गया भाई दे नाल। है इजाजत नौकरी पाक शुरू की जाए बाबा जी। औज़ु बिल्लाहि मिनश शैतानिर रजीम, बिस्मिल्लाहिर रहमानिर रहीम, सलवात अलहम्दुलिल्लाह الصلاة والسلام على اشرف الانبياء والمرسلين برحمت مصطفى صلوات ووصيه ووزيره وخليفته وورثه इल्मे इल्मे लवलीन वल्लाखरीन बरहमत मुर्तजा उची सलवा अलजी रुदतलो लाहो शम्स मरतायन ज़रबत अली फी यौम अल-खंदक अफजलों इबादत सुगलायन बुलंद नारे हैदरी अदपिया एक सौ भी मस्तूरा चो, एक सौ भी मस्तूरा चो ते कुल बारह वतन ते वलिया कुछ करबल विच कुछ कुफा विच कुछ खा गई शाम दी गली अदपियां कुछ कब्रस्तान गरीबां दे ते वंज सुतियां सात तो कलियां ए बारा वी ना जूंदियां वलना जिना डेंदी सैन तसली अली दियां धीयां राजी हो जावन तेरे ते मेरे कैदी इमाम नु जालिम दरबार बुलाया आदा सजा तोड़ियां कैदर आए कैदर आई दा सुन के तेरा ते मेरा इमाम उत्ते आया जिते बहत्तर दी मातमदार मिट्टियां ते बैठी गई तुसा वतन ते बह के सोका सुन ले सजा दी मां ओका सुने बीबी रो के आदी है सजाद नु आग साड़ियां कैदा क्यों रहा करे ने सजाद बादशाह दे अम्मा याद है अपने वतन दे वलो आ बीबी उस वेले सजाद पास डिटे सजाद मत्ते दा बोसा लैके तां दे नाल ला के आदी कैद ता छुट दी है वो जीने दी ओ मैं ते दावी दी मर गई इतना वीर गरीब दी उल्फते जड़ी हुण तई जींदी पईया बीबी आदि मेको मौत बिरा दी भुल गई आई ते जड़ा पेशक चैरी दईया ओ जड़ा किम पुछिया ते केड़िए ज़ैनब मैं वेले दी मौला तुहाडा टोरा है अपनी बारगाह कबूल ते मंजूर फरमावन। भाई जोन दी मेहनत अपनी बारगाह कबूल ते मंजूर फरमावन। पहले आखे कोई लंबी चौड़ी हाजरी नहीं, दो दुख सुनाने सईदा दे उजड़ के किवें वलन। सारा मजमून छोड़ दिता, मदीने दे बाहरों आ गई है सजाद।
ਉਹ ਪੂਰ ਲੈ ਕੇ ਜਿਹੜੇ ਪੂਰ ਚ ਅਕਬਰ ਵੀ ਨਾਲ ਗਿਆ ਹਾ ਵਕਾਰ ਭਾਈ ਉਹ ਪੂਰ ਜਿੰਦਾ ਸਲਾਰ ਬਣ ਕੇ ਅੱਬਾਸ ਗਿਆ ਹਾ ਅੱਬਾਸ ਦੇ ਨਾਲ ਗਿਆ ਹਾ ਬਗੈਰ ਅੱਬਾਸ ਤੋਂ ਵਾਪਸ ਵੱਲ ਆਏ ਸਜਾਦ ਮਦੀਨੇ ਦੇ ਬਾਹਰ ਆ ਕੇ ਆਦਾ ਬਸ਼ੀਰ ਵੰਨ ਜਾ ਕੇ ਮਦੀਨੇ ਜਾ ਕੇ ਸਾਡੀ ਗੁਰਬਤ ਦਾ ਐਲਾਨ ਕਰ ਬਸ਼ੀਰ ਬਿਲਕੁਲ ਆਵਾਜ਼ ਸਿੰਪਲ ਕਰ ਦਿਓ ਛੇੜੋ ਨਾ ਇਸਨੂੰ ਸਿੰਗਲ ਆਵਾਜ਼ ਕਰ ਦਿਓ ਬਸ਼ੀਰ ਵੰਨ ਜਾ ਕੇ ਮਦੀਨੇ ਸਾਡੀ ਗੁਰਬਤ ਦਾ ਐਲਾਨ ਕਰ ਬਸ਼ੀਰ ਗਏ ਮਦੀਨੇ ਬਸ਼ੀਰ ਜਾ ਕੇ ਐਲਾਨ ਕੀਤਾ ਵਾਰਸ ਬਿਰਾ ਚਾਰ ਲੋਕਾਂ ਔਖਾ ਸੁਣੇ ਪਹਿਲੀ ਬੀਬੀ ਮਾਦਰੇ ਅਬੁਲ ਫਜ਼ਲ ਅੱਬਾਸ ਦੂਏ ਜਨਾਬੇ ਹਨਫੀਆ ਇਬਨੇ ਅਲੀ ਤੀਜੀ ਹੁਸੈਨ ਬਾਦਸ਼ਾਹ ਦੀ 7 ਸਾਲ ਦੀ ਜ਼ਈਫਾ ਦੀ ਚੌਥੀ ਬੀਬੀ ਉਮੇ ਲੁਕਮਾਨ ਬੀਬੀ ਉਮੇ ਲੁਕਮਾਨ ਉਹ ਬੀਬੀ ਏ ਜਿਹੜੀ ਬੀਬੀ ਜਨਾਬੇ ਮੁਸਲਮ ਬਿਨ ਅਕੀਲ ਦੀ ਭੈਣ ਜਨਾਬੇ ਅਕੀਲ ਦੀ ਬੇਟੀ ਏ ਮੌਲਾ ਅਲੀ ਦੀ ਸੱਕੀ ਬਤਰੀ ਜੀ ਏ ਜਨਾਬੇ ਅੱਗ ਜਿਹੜੇ ਵੱਲੇ ਉਮੇ ਲੁਕਮਾਨ ਸੁਣੇ ਨਾ ਟੁਰਦੀ ਹੋਈ ਉੱਤੇ ਆਈ ਹੈ ਜਿੱਥੇ ਬੀਬੀ ਆਲੀਆ ਮਿੱਟੀ 'ਤੇ ਬੈਠੀ ਆਈ ਆ ਕੇ ਕਦਮਾਂ 'ਤੇ ਹੱਥ ਲਾ ਕੇ ਦੀ ਆਲੀਆ ਤੇਰੇ ਸਾਰੇ ਦੁੱਖ ਸੁਣਦੀ ਹਾਂ ਪਹਿਲੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਮੈਂ ਸੁਣਿਆ ਮੁਸਲਮ ਦੀ ਲਾਸ਼ ਕਦੇ ਉਸ ਬਾਜ਼ਾਰ ਕਦੇ ਉਸ ਬਾਜ਼ਾਰ ਮੈਂ ਸੁਣਿਆ ਮੁਸਲਮ ਦੀ ਲਾਸ਼ ਉਹਨਾਂ ਨੇ ਬਗੈਰ ਸਰ ਦੇ ਦਰਵਾਜ਼ੇ ਦੇ ਨਾਲ ਲਟਕਾਈ ਆਈ ਬੀਬੀ ਆਦੀ ਉਮੇ ਲੁਕਮਾਨ ਤੂੰ ਸੁਣਿਆ ਤੂੰ ਡਿੱਠਾ ਤੇ ਨਹੀਂ ਆਦੀ ਨਹੀਂ ਬੀਬੀ ਮੈਂ ਡਿੱਠਾ ਨਹੀਂ ਮੈਂ ਸੁਣਿਆ ਬੀਬੀ ਉਮੇਲੇ ਝੋਲੀ ਪਿਲਾਈ ਅਤੇ ਆਸਮਾਨ ਦੇ ਪਾਸੇ ਮੂੰਹ ਕਰਕੇ ਆਦੀਏ ਮੇਰੇ ਅੱਲਾ ਬਹਿਣਾ ਸੁਣ ਕੇ ਬਰਦਾਸ਼ਤ ਨਹੀਂ ਕਰਦੀਆਂ ਮੇਰਾ ਹੌਸਲਾ ਵੇਖ ਮੈਂ 70 ਕਦਮ ਤੇ ਕੁਛ ਦਾ ਡੇਦੀ ਰਹੀ ਹਾਂ ਮੈਂ ਆਦੀ ਰਹੀ ਹਾਂ ਨਾ ਮਾਰ ਮੇਰਾ ਬਿਰਾ ਬਾਗੀ ਨਹੀਂ ਮੇਰਾ ਬਿਰਾ ਪਾਕ ਨਮਾਜ਼ੀ ਬੀਬੀ ਉਮੇ ਲੁਕਮਾਨ ਸੁਣਿਆ ਏ ਬਾਅਦ ਉਸ ਤੋਂ ਬਾਅਦ ਦੋ ਲੋਕਾਂ ਔਖਾ ਸੁਣਿਆ ਏ ਜਨਾਬੇ ਹਨਫੀਆ ਅਤੇ ਬੀਬੀ ਸੁਗਰਾ ਬਿਲਕੁਲ ਮਜ਼ਮੂਨ ਸਾਰਾ ਛੋੜ ਦਿੱਤਾ ਜ਼ਿਆਦਾ ਤੂਲ ਨਹੀਂ ਮੇਰੇ ਭਾਈ ਤਸ਼ਰੀਫ ਫਰਮਾ ਮੈਂ ਆਪ ਬਾਨੀ ਦੀ ਹਸੀਅਤ ਨਾਲ ਹਾਜ਼ਰ ਹਾਂ ਜਨਾਬੇ ਬੀਬੀ ਸੁਗਰਾ ਜਨਾਬੇ ਹਨਫੀਆ ਉੱਥੇ ਆਏ ਜਿੱਥੇ ਸਹੀਦਾਂ ਲੁੱਟਿਆ ਆਇਆ ਭੂਰ ਬੈਠਾ ਹਾ ਦੱਸਾਂ ਕਿਹੜਾ ਇਹਤਮਾਮ ਕੀਤਾ ਬੀਬੀ ਸੁਗਰਾ ਦੇ ਵਾਸਤੇ ਭਾਈ ਜਾਨ ਮੌਲਾ ਕਿਹੜਾ ਇਹਤਮਾਮ ਕੀਤਾ ਪਰ ਜਿਹੜਾ 20 ਬੱਚੀਆਂ ਇੱਕ ਰੰਗ ਦਾ ਕਾਲਾ ਲਿਬਾਸ ਪਹਿਨਾ ਕੇ ਦਰਮਿਆਨ 'ਚ ਬੀਬੀ ਸੁਗਰਾ ਨੂੰ ਕਿਬਲਾ ਬਣਾ ਕੇ ਖੜਾ ਕੀਤਾ ਰੁਨੀ ਹੁਸੈਨ ਬਾਦਸ਼ਾਹ ਦੀ ਧੀ ਡਾ ਮਾਰ ਕੇ ਰੋ ਕੇ ਦੀਏ ਚਾਚਾ ਇਤਨਾ ਇਹਤਮਾਮ ਕਿਉਂ ਕੀਤਾ ਉਵੇਂ ਲੈ ਰੋ ਕੇ ਤੂੰ ਹੈ ਮੇਰੇ ਬਾਦਸ਼ਾਹ ਦੀ ਧੀ ਤੂੰ ਥੋੜ੍ਹੀ ਦੇਰ ਬਾਅਦ ਬਾਹਰ ਵੰਜਣਾ ਕੋਈ ਉਹ ਨਾ ਆਖੇ ਉਹ ਹੁਸੈਨ ਦੀ ਧੀ ਪਈ ਵਹਿੰਦੀ ਏ ਕੋਈ ਇਹ ਨਾ ਆਖੇ ਉਹ ਹੁਸੈਨ ਦੀ ਧੀ ਉਹ ਜਿਸਦੀ 7 ਸਾਲ ਦਾ ਇਤਨਾ ਪੜਦਾ ਉਸ ਦੀਆਂ ਬਹਿਣਾ ਨੰਗੇ ਸਰ ਕਦੇ ਉਸ ਬਾਜ਼ਾਰ ਕਦੇ ਉਸ ਬਾਜ਼ਾਰ ਸਜਾਦ ਰੋ ਰੋ ਕੇ ਅਦਰੇ ਮੇਰੀਆਂ ਭੁੱਬੀਆਂ ਨੂੰ ਚਾਦਰ ਦੇ ਓਏ ਨਬੀ ਦੀਆਂ ਧੀਆਂ ਆ ਗਈਆਂ ਨੇ ਸਦਕੇ ਹੋ ਜਾਵਾਂ ਮੌਲਾ ਜਨਾਬੇ ਹਨਫੀਆ ਉੱਥੇ ਆਏ ਜਿੱਥੇ ਲੁੱਟਿਆ ਹੋਇਆ ਭੂਰ ਬੈਠਾ ਆ ਸਹੀਦਾਂ ਦਾ ਉਹ ਉੱਥੇ ਕਰਕੇ ਮੌਲਾ ਇਮਾਮੇ ਸਜਾਦ ਬੈਠੇ ਹੁਣ ਇਸ਼ਾਰਾ ਜਿਹੜੇ ਬੰਦੇ ਨੂੰ ਸਮਝ ਆ ਗਈ ਉਸ ਬੰਦੇ ਦੀ ਬੇਵਸਹਾਏ ਨਿਕਲਿਆ ਸੀ ਵਕਾਰ ਬਾਈ ਇੱਥੇ ਆ ਕੇ ਜਨਾਬੇ ਸੁਗਰਾ ਨੂੰ ਰੁਕ ਕੇ ਜਨਾਬੇ ਸੁਗਰਾ ਵਾਲੇ ਪਾਸੇ ਇਸ਼ਾਰਾ ਕਰਕੇ ਦਿਨ ਸੁਗਰਾ ਰੁਕ ਜਾ ਉੱਥੇ ਕੋ ਮਰਦ ਬੈਠਾ ਏ ਤੁਸਾਂ ਵਤਨ ਦੇ ਬਹਿ ਕੇ ਸੌਖਾ ਸੁਣ ਲਿਆ ਏ ਉਵੇਲੇ ਸਜਾਦ ਔਖਾ ਸੁਣਿਆ ਬਾਕਰ ਜਲਦੀ ਦੇ ਨਾਲ ਬਾਬੇ ਦੇ ਕਦਮਾਂ 'ਤੇ ਹੱਥ ਲਾਇਨ ਅਕਲ ਮਾਰ ਕੇ ਆਦਾ ਬਾਬਾ ਉਹ ਦੇਖ ਨਾ ਤੇਰੀ ਭੈਣ ਚਾਦਰ ਪਾ ਕੇ ਆ ਗਈ ਏ ਉਹ ਤੇਰੀ ਭੈਣ ਬੁਰਕੇ ਪਾ ਕੇ ਆ ਗਈ ਏ ਉਵੇਲੇ ਸਜਾਦ ਬਾਦਸ਼ਾਹ ਰੋ ਕੇ ਆਦਨ ਉਹ ਬਾਕਰ ਖੁਦਾ ਦਾ ਸ਼ੁਕਰ ਕਰ ਤੇਰੀ ਪੁੱਫੀ ਨੂੰ ਚਾਦਰ ਮਿਲ ਗਈ ਏ ਮੇਰੀਆਂ ਭੈਣਾਂ ਮੇਰੀਆਂ ਪੁੱਫੀਆਂ ਨੰਗੇ ਸਰ ਕਦੇ ਉਸ ਬਾਜ਼ਾਰ ਕਦੇ ਉਸ ਬਾਜ਼ਾਰ ਮੈਂ ਆਦਾ ਰਿਹਾ ਮੇਰੀਆਂ ਭੁੱਬੀਆਂ ਨੂੰ ਚਾਦਰਾਂ ਦਿਓ ਮੁਸਲਮਾਨ ਨਹੀਂ ਦੇਂਦੇ ਹਨ ਈਸਾਈ ਦੇਂਦੇ ਹਨ ਮੁਸਲਮਾਨ ਲਹਿੰਦੇ ਹਨ ਜਨਾਬੇ ਮੌਲਾ ਹਨਫੀਆ ਮੌਲਾ ਇਮਾਮੇ ਸਜਾਦ ਬਾਦਸ਼ਾਹ ਦੇ ਕੋਲ ਆਏ ਬਿਲਕੁਲ ਵਹਿਣ ਕਰਨ ਲੱਗਾ ਜਨਾਬੇ ਮੌਲਾ ਇਮਾਮੇ ਸਜਾਦ ਦੇ ਕੋਲ ਆ ਕੇ ਮੱਥੇ 'ਤੇ ਹੱਥ ਰੱਖੇ ਦੋਵੇਂ ਮੱਥੇ 'ਤੇ ਹੱਥ ਰੱਖ ਕੇ ਦਿਨ ਅਸਲਾਮ ਬੁੜੜਾ ਮੇਰਾ ਸਲਾਮ سید آدھے علیہ السلام ابن امیر المومنین علی امیر دا بچڑا میرا بھی سلام ਹਨਫੀ ਆਦਨ ਮੋਮਿਨ ਲੱਗਦਾ ਏ ਮੈਨੂੰ ਵੀ ਜਾਣਦਾ ਮੇਰੇ ਬਾਬੇ ਨੂੰ ਵੀ ਜਾਣਦਾ ਸਈਦ ਆਦਾ ਤੂੰ ਵੀ ਅਮੀਰ ਤੇਰਾ ਬਾਬਾ ਵੀ ਅਮੀਰ ਮੈਂ ਗਰੀਬ ਦਾ ਬਚੜਾ ਗਰੀਬ ਹਾਂ ਹਨਫੀ ਆਦਨ ਤੇਰੇ ਚਿਹਰੇ 'ਤੇ ਖਾ ਕੇ ਤੇਰਾ ਲਿਬਾਸ ਵੀ ਮੈਂ ਲੈ ਕਿੱਥੋਂ ਪਿਆ ਨਾ ਸਜਾਦ ਆਦਨ ਸ਼ਾਮ ਚੋਂ ਪਿਆ ਨਾ ਦਿਨ ਸ਼ਾਮ ਖੈਰੀ ਗਿਆ ਵੇ ਸਜਾਦ ਆਦਨ ਬਿਰਾ ਦੀ ਜੰਝ ਦੇ ਨਾਲ ਹਨਫੀ ਆਦਨ ਮੇਰੇ ਨਾਲ ਮਜ਼ਾਕ ਨਾ ਕਰ ਜੰਝ ਦੇ ਨਾਲ ਕਿਉਂ ਵਿਆ ਤੇਰੇ ਨਾਲ ਜੰਝ ਹੋਵਿਆ ਤੇਰੇ ਨਾਲ ਗੋਟ ਹੋਵਿਆ ਸਜਾਦ ਰੋ ਕੇ ਆਦਨ ਕਿਆ ਦਸਾਵਾਂ ਦਾ ਮੁਹਰਮ ਦਰੀਆਂ ਦੀ ਗਰਦਾ ਵੇਲਾ ਮੇਰੇ ਬਿਰਾ ਦੀ ਜੰਝ 'ਤੇ ਲੁੱਟ ਪੈ ਗਈ ਉਹ ਮੇਰੇ
ਮੇਰੇ ਅਕਬਰ ਨੂੰ ਬਰਛੀ ਲੱਗ ਗਈ, ਉਹਦਾ ਬਾਬਾ ਵੀ ਮਾਰਾ ਗਿਆ, ਚਾਚਾ ਵੀ ਮਾਰਾ ਗਿਆ, ਉਹ ਮੈਂ ਮਾਵਾਂ ਤੇ ਭੈਣਾਂ ਦੇ ਨਾਲ ਸਾਲ ਦੀ ਕੈਦ ਨਿਭਾ ਕੇ ਅੱਜ ਵਤਨ ਤੇ ਵਲਿਆ। ਅਨਫੀਆ ਦਿਨ ਸਹੀ ਮੇਰੇ ਕੋਲ ਵਕਤ ਹੋਵੇ ਆ, ਤੇਰੇ ਨਾਲ ਢੇਰ ਗੱਲਾਂ ਕਰਾਂ, ਮੇਰੇ ਨਾਲ ਮੇਰੇ ਬਾਦਸ਼ਾਹ ਦੀਏ ਸੈਯਦਾ ਦੇ ਕਿਹੜਾ ਬਾਦਸ਼ਾਹ ਦਿਨ ਬਾਦਸ਼ਾਹ ਹੁਸੈਨ। ਤੁਸਾਂ ਵਤਨ ਦੇ ਬਹਿ ਕੇ ਸੌਖਾ ਸੁਣ ਲਏ, ਸਜਾਦ ਔਖਾ ਸੁਣੇ, ਆਦਾ ਚਾਚਾ ਜੇ ਥੱਕ ਨਗੀਆਂ ਉਵੇਂ ਆ ਇੱਕ ਵਾਰ ਵਤਾ ਕਦਨ ਬਾਦਸ਼ਾਹ ਹੁਸੈਨ। ਆਦੇ ਜੇ ਚਾਚਾ ਥੱਕਿਆ ਨਾ ਹੋਵੇ ਆ ਇੱਕ ਵਾਰ ਵਤਾ ਕਦਨ ਬਾਦਸ਼ਾਹ ਹੁਸੈਨ। ਉਹ ਰੋਵਣਾ ਲਿਆ ਸੱਤ ਵਾਰ ਜਿਹੜਾ ਹਨਫੀਆ ਬਾਦਸ਼ਾਹ ਹੁਸੈਨ ਦਾ ਨਾਮ ਚਾਇਆ ਆ, ਉਹ ਵੇਲੇ ਹਨਫੀਆ ਦੇ ਕੇ ਆਦਨ ਲੱਗਦਾ ਹੈ ਤੂੰ ਇਸ ਬਾਦਸ਼ਾਹ ਨੂੰ ਨਹੀਂ ਜਾਣਦਾ, ਇਹੋ ਬਾਦਸ਼ਾਹ ਏ ਜਿਹੜਾ ਰਸ਼ ਦਾ ਬਾਦਸ਼ਾਹ ਏ, ਇਹੋ ਬਾਦਸ਼ਾਹ ਜਿਹੜਾ ਫਰਸ਼ ਦਾ ਬਾਦਸ਼ਾਹ ਏ, ਇਹ ਬਾਦਸ਼ਾਹ ਮੋਰੇ ਨਬੂਅਤ ਸਵਾਰ ਹੁਸੈਨ ਏ। ਉਹ ਵੇਲੇ ਬਾਕਰ ਕੋਲ ਖੜਾ, ਜਲਦੀ ਦੇ ਨਾਲ ਬਾਬੇ ਦੇ ਕਦਮਾਂ ਤੇ ਹੱਥ ਲਾਏ ਨਾ, ਅਕਲ ਮਾਰ ਕੇ ਆਦੇ ਬਾਬਾ ਦਾਦੇ ਨੂੰ ਡਸਾ, ਜਿਸ ਬਾਦਸ਼ਾਹ ਦੀਆਂ ਗੱਲਾਂ ਪਿਆ ਕਰੇਂਦੇ, ਉਸ ਬਾਦਸ਼ਾਹ ਦਾ ਪੁੱਤਰ ਸਜਾਦਾ ਸੈਯਦ ਆਦੇ ਨਹੀਂ ਦੱਸ ਸਕਦਾ, ਮੇਰਾ ਬਾਬਾ ਵੀ ਮਾਰਾ ਗਏ। ਹਨਫੀਆ ਦੇ ਜ਼ਈਫ ਜਲਦੀ ਕਰ ਰਸਤਾ ਦੇ, ਮੈਂ ਤੈਨੂੰ ਪਹਿਲੇ ਆਖਿਆ ਮੇਰੇ ਨਾਲ ਮੇਰੇ ਬਾਦਸ਼ਾਹ ਦੀਏ ਸੈਯਦ ਸਾਜਦੀ ਨਾ ਦਿਨ ਨਾ ਉੱਠ ਸੰਗਦਾ, ਦਿਨ ਜ ਨਾ ਉੱਠਦਾ ਮੈਂ ਆਪਣੇ ਨੌਕਰਾਂ ਨੂੰ ਬੁਲਾਵਾਂ, ਤੇਰੀ ਕੰਢ ਤੇ ਸਤਨਾ ਲਿਖਣਾ, ਉਹ ਰੋਵਣਾ ਲਿਆ ਸਜਾਦਾ ਦਿਨ ਬਾਕਲਾ, ਜਲਦੀ ਕਰ ਮੇਰੇ ਨੇੜੇ ਆ, ਮਤਾ ਦਾਦੇ ਦੀ ਹਸਰਤ ਰਹਿ ਜਾਵੇ, ਮੇਰੀ ਕੰਢ ਤੋਂ ਝੋਲਾ ਚਾ, ਉਹ ਬਾਕਰ ਕੰਢ ਤੋਂ ਝੋਲਾ ਚਾਇਆ, ਕੰਢ ਉੱਤੇ ਨੇੜਿਆਂ ਦੇ ਨਿਸ਼ਾਨ ਹੈ, ਅਨਫੀਆ ਦੀ ਪੱਗ ਖੁੱਲ ਕੇ ਗੱਲ ਚਾ ਗਈ, ਉੱਤੇ ਆਏ ਜਿੱਦਾਂ ਤੇਰਾ ਤੇ ਮੇਰਾ ਇਮਾਮ ਰਤ ਬੈਠਾ ਰੋਂਦਾ, ਕੋਲ ਆ ਕੇ ਅੱਜ ਲੱਗਦਾ ਜਵਾਨੇ ਪਰ ਤੈਨੂੰ ਕੋਈ ਐਸਾ ਕੰਮ ਖਾ ਗਏ, ਜਿਹੜਾ ਜਵਾਨੀ ਚ ਬੁੱਢੜਾ ਹੋ ਗਈ ਏ, ਸੈਯਦ ਆਦੇ ਕਿਆ ਡਸਾਵਾਂ ਡਿੱਟੀ ਮਾਂ ਟੁਰਦੀ, ਉਹ ਬੇਗੈਰਤਾਂ ਵਿੱਚ ਉਹ ਗਈਏ ਦਾੜੀ ਰੰਗ ਬਦਲਾਏ ਡਿੱਠੇ ਨੱਚਦੇ ਕਾਤਿਲ, ਆਇਓ ਵੀਰਾਂ ਦੇ ਗਈਏ ਗੈਰਤ ਜਿਗਾ ਰਨੂ ਖਾਏ ਸੈਯਦ ਆਦੇ ਡਿੱਟਾ ਦਾਜ ਲੁੱਟੀਂਦਾ। ਹੁਣ ਜਿਹੜਾ ਆਪਦੇ ਸਾਹਮਣੇ ਸੈਯਦ ਉਲ ਜ਼ਾਕਰੀਨ ਜਨਾਬ ਸੈਯਦ ਅਨਸਰ ਅਬਾਸ ਨਜਮ ਸਾਹਿਬ ਔਰ ਮੈਂ ਮਮੂਨ ਨੂੰ ਮਸ਼ਕੂਰ ਹਾਂ ਕਿਬਲਾ ਸਾਹਿਬ ਦਾ, ਬਾਬਾ ਕਾਰਾਦਰ ਸ਼ਿਰਾਜ਼ੀ ਸਾਹਿਬ ਦਾ ਹਰਫੇ ਆਖਿਰ 'ਤੇ ਔਰ ਆਖਿਰ 'ਤੇ ਬਾਤਚੀਤ ਦੋ ਸੈਯਦ ਗੈਨ ਔਰ ਇਹ ਈ ਸਫ ਦੇ ਵਾਰੇ ਸਨ, ਈ ਮਿੰਬਰ ਦੇ ਵਾਰੇ ਸਨ। ਮੈਨੂੰ ਦਿਲ ਤਮਾਸ ਕਰੇ ਸਾਂ ਕਿ ਜਿਤਨੇ ਆਜ਼ਾਦਾਰਾਂ ਨੇ ਮੌਲਾ ਇਮਾਮ ਹੁਸੈਨ ਅਲੈਹਿ ਸਲਾਮ ਔਰ ਮੁਹਿੱਬਾਂ ਨੇ ਪਾਕ ਆਲ ਮੁਹੰਮਦ ਨੇ ਇਸ ਹੁਸੈਨ ਬਾਦਸ਼ਾਹ ਦੇ ਮਿਸ਼ਨ 'ਚ ਜਿਸ ਜਿਸ ਤਰੀਕੇ ਨਾਲ ਵੀ ਜੋ ਜੋ ਹਿੱਸਾ ਮਿਲਾਇਆ ਹੈ, ਸਾਦਾਤ ਦੁਆ ਕਰੇ ਸਨ ਉਹਨਾਂ ਦੇ ਬਖਤ ਸਲਾਮਤੀ ਵਾਸਤੇ, ਇਹੀ ਹੋਈ ਅਲਤਮਾਸ ਕਰੇ ਸਾਂ। ਔਰ ਮੈਂ ਮਮਨੂ ਨੂੰ ਮਸ਼ਕੂਰ ਹਾਂ ਪੂਰੇ ਵਸੇਬ ਦਾ, ਮੌਲਾ ਹੁਸੈਨ ਤੁਹਾਨੂੰ ਵਸਦਿਆਂ ਰੱਖੇ, ਸੈਯਦ ਉਲ ਜ਼ਾਕਰੀਨ ਜਨਾਬ ਸੈਯਦ ਅਨਸਰ ਅਬਾਸ ਨਜਮ ਸਾਹਿਬ ਔਰ ਹਰਫੇ ਆਖਿਰ 'ਤੇ ਸੈਯਦ ਉਲ ਜ਼ਾਕਰੀਨ ਬਾਬਾ ਸੈਯਦ ਵਕਾਰ ਹੈਦਰ ਸ਼ਿਰਾਜ਼ੀ ਸਾਹਿਬ ਕਿਤਾਬ ਫਰਮਾਏ ਸਨ, ਜਿਤਨੇ ਬਾਹਰ ਖੜੇ ਨਿਆਜ਼ ਹੁਸੈਨ ਇਮਾਮ ਬਾਰਗਾਹ ਤਸ਼ਰੀਫ ਲਾਇਆ ਮੈਨ, ਮਿਲ ਕੇ ਆਲ ਮੁਹੰਮਦ ਦੀ ਜ਼ਾਤ 'ਤੇ ਬੁਲੰਦ ਤਰ ਸਲਵਾਤ। ਬਿਸਮਿਲਲਾਹ।